ਇਹ ਆ ਸਾਡੇ ਪਿੰਡਾਂ ਦਾ ਸੱਭਿਆਚਾਰ। ਜਦੋਂ ਪੁੱਤਰ ਦਾ ਵਿਆਹ ਕਰਕੇ ਤੇ ਸਾਰਾ ਭਾਈਚਾਰਾ ਨੌਂ ਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਵਾਸਤੇ ਐਵੇਂ ਪਿੰਡਾਂ ਦੇ ਸਾਡੇ ਜਿਹੜੇ ਲੋਕ ਆ ਉਹ ਆਉਂਦੇ ਆ ਗੁਰੂ ਘਰ ਦੇ ਵਿੱਚ ਨਮਸਕਾਰ ਕਰਨ ਵਾਸਤੇ। ਹੁਣ ਜੋ ਆਉਣ ਵਾਲੀ ਨਵੀਂ ਪੀੜ੍ਹੀ ਆ ਉਹ ਇਸ ਚੀਜ਼ ਨੂੰ ਭੁੱਲ ਚੁੱਕੀ ਹੈ, ਨਵੀਂ ਪੀੜ੍ਹੀ ਇਸ ਚੀਜ਼ ਨੂੰ ਭੁੱਲ ਚੁੱਕੀ ਹੈ। ਜੋ ਪਿਛਲਾ ਸਾਡਾ ਸੱਭਿਆਚਾਰ ਸੀ ਉਹ ਇਹੋ ਹੀ ਸੀ ਕਿ ਜਦੋਂ ਵੀ ਪੁੱਤ ਨੂੰ ਵਿਆਹ ਕੇ ਆਉਣਾ ਤਾਂ ਸਾਰੀਆਂ ਦਰਾਣੀਆਂ ਜਠਾਣੀਆਂ ਨੇ ਰਲ ਮਿਲ ਕੇ ਮੱਥਾ ਟਿਕਾਉਣ ਆਉਣਾ। ਆ ਜਾਓ।